ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ ਵਿੱਚ, ਜਿਸ ਦਾ ਨਾਮ ਹੈ ਐਵਰੀ ਟਾਈਮ ਸਟੱਡੀ। ਅੱਜ ਦੀ ਵੀਡੀਓ ਵਿੱਚ ਕਰਾਂਗੇ ਅਸੀਂ ਪੀ ਐਸ ਟੈਟ ਦਾ ਜਿਹੜਾ 19 ਜਨਵਰੀ ਨੂੰ ਇਗਜ਼ਾਮ ਹੋਇਆ ਸੀ ਉਸਦੀ ਓਫੀਸ਼ੀਅਲ ਅਨੁਸੂਚੀ ਦੀ। ਤਾਂ ਪੀ ਐਸ ਟੈਟ ਨੇ ਜਿਨ੍ਹਾਂ ਦਾ ਪੀ ਐਸ ਟੈਟ ਦਾ ਜਿਨ੍ਹਾਂ ਨੇ ਵੀ ਇਗਜ਼ਾਮ ਦਿੱਤਾ ਸੀ ਉਹਨਾਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਪੀ ਐਸ ਟੈਟ ਦੀ ਓਫੀਸ਼ੀਅਲ ਅਨਸਰ ਕੀ ਆ ਚੁੱਕੀ ਹੈ, ਜੋ ਕਿ ਪੀ ਐਸ ਟੈਟ ਦੀ ਓਫੀਸ਼ੀਅਲ ਵੈਬਸਾਈਟ 'ਤੇ ਉਪਲਬਧ ਹੈ। ਤਾਂ ਅਸੀਂ ਤੁਹਾਨੂੰ ਇਸ ਵੀਡੀਓ 'ਚ ਪਰੂਫ ਨਾਲ ਦਿਖਾਵਾਂਗੇ ਕਿ ਪੀ ਐਸ ਟੈਟ ਦੀ ਜੋ ਅਨਸਰ ਕੀ ਹੈ ਉਹ ਆ ਚੁੱਕੀ ਹੈ, ਤਾਂ ਤੁਸੀਂ ਉਹਨੂੰ ਕਿਵੇਂ ਡਾਊਨਲੋਡ ਕਰ ਸਕਦੇ ਹੋ ਅਸੀਂ ਇਹ ਵੀ ਤੁਹਾਨੂੰ ਇਸ ਵੀਡੀਓ 'ਚ ਦੱਸਾਂਗੇ। ਤਾਂ ਬਿਨਾਂ ਦੇਰ ਕੀਤੇ ਸ਼ੁਰੂ ਕਰਦੇ ਹਾਂ ਅੱਜ ਦਾ ਵੀਡੀਓ। ਹੁਣ ਦੇਖੋ ਆਪਾਂ ਪੀ ਐਸ ਟੈਟ ਦੀ ਓਫੀਸ਼ੀਅਲ ਵੈਬਸਾਈਟ ਸਰਚ ਕਰਾਂਗੇ। ਗੂਗਲ 'ਚ ਜਾ ਕੇ ਪੀ ਐਸ ਟੈਟ ਦੀ ਓਫੀਸ਼ੀਅਲ ਵੈਬਸਾਈਟ 'ਤੇ ਸਰਚ ਕਰਾਂਗੇ ਜਦੋਂ ਆਪਾਂ, ਤਾਂ ਆਪਣੇ ਸਾਹਮਣੇ ਕੁਛ ਇਸ ਤਰ੍ਹਾਂ ਦਾ ਇੰਟਰਫੇਸ ਸਾਹਮਣੇ ਆਊਗਾ। ਤਾਂ ਆਪਾਂ ਨੀਚੇ ਜਾਵਾਂਗੇ, ਇੱਥੇ ਦੇਖੋ ਲਿਖਿਆ ਹੋਇਆ ਪੀ ਐਸ ਟੈਟ ਅਨਸਰ ਕੀ ਆਊਟ ਡਾਊਨਲੋਡ ਐਂਡ ਚੇਂਜ ਪ੍ਰੋਵੀਜ਼ਨਲ, ਇਸ 'ਤੇ ਕਲਿੱਕ ਕਰਾਂਗੇ ਆਪਾਂ। ਇਸ 'ਤੇ ਕਲਿੱਕ ਕਰਨ ਤੋਂ ਬਾਅਦ ਆਪਣੇ ਸਾਹਮਣੇ ਇਸ ਤਰ੍ਹਾਂ ਦਾ ਆਪਸ਼ਨ ਆਊਗਾ, ਇੱਥੇ ਐਡਮਿਟ ਕਾਰਡ ਦਾ ਦਿਖਾਉਣ ਸ਼ੁਰੂ ਕੀ ਹੈਗਾ। ਇੱਥੇ ਨੀਚੇ ਦੇਖੋ ਪੀ ਐਸ ਟੈਟ ਰਿਜ਼ਲਟ, ਮਤਲਬ ਲੇਟ ਉੱਪਰ ਇਹਨਾਂ ਲਿਖਿਆ ਹੋਇਆ ਆਂਸਰ ਕੀ, ਨੀਚੇ ਤੁਹਾਨੂੰ ਦਿਖਾ ਰਿਹਾ। ਇੱਕ ਮਿੰਟ ਰੁਕੋ, ਪੀ ਐਸ ਟੈਟ ਡੇਟਸ ਦੇਖੋ। ਪੀ ਐਸ ਟੈਟ ਜੋ ਇਗਜ਼ਾਮ ਹੋਇਆ ਸੀ 19 ਜਨਵਰੀ ਨੂੰ 2020 ਨੂੰ ਹੋਇਆ ਸੀ, ਪੀ ਐਸ ਟੈਟ ਆਂਸਰ ਕੀ ਰਿਲੀਜ਼ 31 ਜਨਵਰੀ, ਜੋ ਕਿ ਹੁਣੇ ਹੁਣੇ ਰਿਲੀਜ਼ ਹੋਈ ਹੈ 31 ਜਨਵਰੀ ਨੂੰ 2020 ਨੂੰ, ਆਪਣੀ ਅੱਜ ਹੀ ਸ਼ਾਮ ਨੂੰ ਕੁਝ ਟਾਈਮ ਪਹਿਲਾਂ ਹੀ ਰਿਲੀਜ਼ ਹੋ ਚੁੱਕੀ ਹੈ ਆਂਸਰ ਕੀ। ਜੇ ਤੁਹਾਨੂੰ ਕਿਸੇ ਵੀ ਕੁਐਸਚਨ ਦਾ ਪੀ ਐਸ ਟੈਟ 'ਚ ਓਬਜੈਕਸ਼ਨ ਆ, ਤਾਂ ਤੁਸੀਂ 3 ਫਰਵਰੀ 2020 ਤੱਕ ਓਬਜੈਕਸ਼ਨ ਲਾ ਸਕਦੇ ਹੋ ਆਪਣੇ ਕੁਐਸਚਨ ਦਾ। ਅੱਜ ਲਾ ਪੀ ਐਸ ਟੈਟ ਦੀ ਓਫੀਸ਼ੀਅਲ ਅਨਸੁਕੀ ਆ ਚੁੱਕੀ ਹੈ, ਅਤੇ 3 ਫਰਵਰੀ ਤੱਕ ਤੁਸੀਂ ਓਬਜੈਕਸ਼ਨ ਲਾ ਸਕਦੇ ਹੋ ਕਿਸੇ ਕੁਐਸਚਨ ਦਾ। ਜਿਹੜਾ ਪੀ ਐਸ ਟੈਟ ਰਿਜ਼ਲਟ ਹੈ ਉਹ ਵੀ ਫਰਵਰੀ ਦੇ ਲਾਸਟ ਤੱਕ, ਮਤਲਬ ਇਸ ਫਰਵਰੀ ਦੇ ਐਂਡ ਤੱਕ, ਮਨ ਮੈਕਸੀਮਮ 25 ਫਰਵਰੀ ਤੋਂ ਲੈ ਕੇ 29 ਫਰਵਰੀ ਤੱਕ ਪੀ ਐਸ ਟੈਟ ਦਾ ਰਿਜ਼ਲਟ ਵੈਬਸਾਈਟ 'ਤੇ ਪ੍ਰੋਵਾਈਡ ਕਰਵਾ ਦਿੱਤਾ ਜਾਊਗਾ। ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ, ਅਤੇ ਚੈਨਲ ਨੂੰ ਉੱਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਧੰਨਵਾਦ।